ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦਾ ਐਲਾਨ ਹੋ ਚੁੱਕਿਆ। ਅਕਤੂਬਰ ਮਹੀਨੇ ਦੇ ਵਿੱਚ ਪੰਜਾਬ ਦੇ ਪਿੰਡਾਂ ਦੇ ਵਿੱਚ ਪੰਚਾਇਤੀ ਚੋਣਾਂ ਪੈਣਗੀਆਂ ਅਤੇ ਤੁਹਾਨੂੰ ਦੱਸ ਦਈਏ ਕਿ ਐਲਾਨ ਹੋਣ ਤੋਂ ਬਾਅਦ ਹਰ ਇੱਕ ਪਿੰਡ ਦੇ ਵਿੱਚ ਸਰਪੰਚ ਪੰਚ ਉਮੀਦਵਾਰਾਂ ਦੇ ਵਿੱਚ ਜਿਹੜੀ ਆ ਚਹਿਲ ਪਹਿਲ ਸ਼ੁਰੂ ਹੋ ਚੁੱਕੀ ਆ। ਪੰਚ ਸਰਪੰਚ ਉਮੀਦਵਾਰ ਲੋਕਾਂ ਦੇ ਘਰਾਂ ਦੇ ਜਿਹੜੇ ਹੈਗੇ ਨੇ ਚੱਕਰ ਲਗਾਉਣੇ ਸ਼ੁਰੂ ਕਰ ਦਿੱਤੇ ਨੇ। ਪੂਰੀ ਮਾਹੌਲ ਗਰਮ ਹੁੰਦਾ ਪੰਚਾਇਤੀ ਚੋਣਾਂ ਦੇ ਵਿੱਚ, ਪਰ ਅੱਜ ਤੁਹਾਨੂੰ ਸੰਗਰੂਰ ਦੇ ਇਹੋ ਜਿਹੇ ਪਿੰਡ ਦੇ ਵਿੱਚ ਲੈ ਕੇ ਚੱਲੇ ਹਾਂ ਜਿੱਥੇ ਕਿ ਤਕਰੀਬਨ 35 ਸਾਲਾਂ ਤੋਂ ਕਦੇ ਵੀ ਵੋਟਾਂ ਨਹੀਂ ਪਈਆਂ। ਹਰ ਟਰਮ ਦੇ ਵਿੱਚ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਪੂਰੇ ਪਿੰਡ ਦੇ ਲੋਕ ਇਕੱਠੇ ਹੁੰਦੇ ਨੇ ਅਤੇ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੀ ਸਰਬਸੰਮਤੀ ਹੁੰਦੀ ਆ ਅਤੇ ਇੱਕ ਸਰਪੰਚ ਨੂੰ ਅਤੇ ਪੰਚਾਂ ਨੂੰ ਜਿਹੜੇ ਪਿੰਡ ਦੇ ਲੋਕ ਸਰਬਸੰਮਤੀ ਦੇ ਦਿੰਦੇ ਨੇ ਉਹ ਪਿੰਡ ਦਾ ਸਰਪੰਚ ਬਣ ਜਾਂਦਾ। ਤਾਂ ਪਿੰਡ ਨੂੰ ਸਹੂਲਤਾਂ ਕਿੰਨੀਆਂ ਕੁ ਮਿਲੀਆਂ ਨੇ, ਕਿਵੇਂ ਇੰਨਾ ਪ੍ਰੇਮ ਪਿਆਰ ਪਿੰਡ ਦੇ ਵਿੱਚ ਹੈਗਾ ਕਿ ਕਦੇ ਵੀ ਵੋਟਾਂ ਕਰਵਾਉਣ ਦੀ ਜਿਹੜੀ ਆ ਮਤਲਬ ਨਹੀਂ ਕੋਸ਼ਿਸ਼ ਕੀਤੀ ਗਈ। ਪੂਰੀ ਜਾਣਕਾਰੀ ਵੀ ਲਵਾਂਗੇ। ਪਹਿਲਾਂ ਮੌਜੂਦਾ ਸਰਪੰਚ ਬੈਠੇ ਨੇ ਪਿੰਡ ਦੇ, ਉਹਨਾਂ ਨਾਲ ਗੱਲ ਕਰਦੇ ਹਾਂ। ਬਾਈ, ਨਾਮ ਕੀ ਹੈ ਤੁਹਾਡਾ? ਬਾਈ, ਸਤਿ ਸ਼੍ਰੀ ਅਕਾਲ। ਪਹਿਲਾਂ ਤਾਂ ਤੁਹਾਨੂੰ ਸਭ ਤੋਂ ਪਹਿਲਾਂ ਜੀ ਆਇਆਂ ਨੂੰ, ਸਾਡੇ ਪਿੰਡ ਤੁਸੀਂ ਆਏ ਜੀ। ਮੇਰਾ ਨਾਮ ਜਗਜੀਤ ਸਿੰਘ ਹੈ ਜੀ ਅਤੇ ਮੈਂ ਮੌਜੂਦਾ ਸਰਪੰਚ ਹਾਂ ਜੀ। ਜਗਜੀਤ, ਕਿਹੜੇ ਸਾਲ 'ਚ ਵੋਟਾਂ ਪਈਆਂ ਸੀ ਜਦੋਂ ਤੁਸੀਂ ਸਰਪੰਚ ਬਣੇ? ਬਾਈ ਜੀ, 2019 'ਚ ਵੋਟਾਂ ਪਈਆਂ ਸੀ, ਉਦੋਂ ਮੈਂ ਸਰਪੰਚ ਬਣਿਆ ਗਿਆ ਜੀ। ਕਿਵੇਂ ਦੇਖਦੇ ਹੋ ਪੰਚਾਇਤੀ ਜਿਹੜੀਆਂ ਵੋਟਾਂ ਹੁੰਦੀਆਂ ਨੇ, ਕਿਤੇ ਨਾ ਕਿਤੇ ਜਦੋਂ ਹੁੰਦੀਆਂ ਨੇ ਤਾਂ ਪਿੰਡ ਦੇ ਧੜੇ ਬਣ ਜਾਂਦੇ ਨੇ, ਪੰਜ ਚਾਰ ਸਰਪੰਚ ਉਮੀਦਵਾਰ ਹੁੰਦੇ ਨੇ, ਪੰਚ ਹੁੰਦੇ ਨੇ, ਘਰਾਂ ਦੇ ਚੱਕਰ ਲੱਗਣੇ, ਕਈ ਪਿੰਡਾਂ ਦੇ ਵਿੱਚ ਦੇਖਦੇ ਹਾਂ ਸ਼ਰਾਬਾਂ ਵੰਡੀਆਂ ਜਾਂਦੀਆਂ ਨੇ, ਪਰ ਤੁਹਾਡੇ ਪਿੰਡ ਦੇ ਵਿੱਚ ਤੁਸੀਂ ਦੱਸ ਰਹੇ ਹੋ ਵੀ ਸਰਬਸੰਮਤੀ ਹੁੰਦੀ ਆ। ਕਿੰਨੇ ਸਾਲ ਹੋ ਗਏ ਲਗਭਗ? ਲਗਭਗ ਜੀ ਮੇਰੀ ਦੇਖੋ ਉਮਰ 34-35 ਸਾਲ ਦੀ ਹੋ ਗਈ ਜੀ, ਅਤੇ ਮੈਂ ਆਪਦੀ ਸੁਰਤ 'ਚ ਵੋਟਾਂ ਪੈਂਦੀਆਂ ਨਹੀਂ ਦੇਖੀਆਂ ਜੀ। ਹਰੇਕ ਵਾਰ ਸਰਬਸੰਮਤੀ? ਹਾਂਜੀ ਹਾਂਜੀ, ਹਰੇਕ ਵਾਰੀ ਸਰਬਸੰਮਤੀ ਹੋ ਜਾਂਦੀ ਹੈ ਜੀ, ਅਤੇ ਸਾਡੇ ਕੋਈ ਪਾਰਟੀਵਾਰੀ ਵਾਲਾ ਕੋਈ ਮਸਲਾ ਨਹੀਂ ਜੀ, ਉਰੇ ਕੋਈ ਰਾਜਨੀਤਿਕ ਧੜਾ ਨਹੀਂ ਹੈਗਾ। ਅਤੇ ਸਾਡੇ ਤਾਂ ਉਰੇ ਜਦੋਂ ਮੰਨ ਲਓ ਵੋਟਾਂ ਆਉਂਦੀਆਂ ਸਰਪੰਚੀ ਤਾਂ ਗੁਰਦੁਆਰਾ ਸਾਹਿਬ ਬੈਠ ਕੇ ਸਰਪੰਚ ਚੁਣ ਦਿੰਦੇ ਨੇ ਜੀ, ਜਿਹਨੂੰ ਮੇਨ 10 ਬੰਦੇ ਕਹਿੰਦੇ ਨੇ ਉਹਦੇ ਗੱਲ 'ਚ ਹਾਰ ਪਾ ਦਿੰਦੇ ਨੇ ਜੀ। ਤਾਂ ਹੁਣ ਤਾਂ ਇਹ ਵੀ ਐਲਾਨ ਹੋਇਆ, ਕਹਿੰਦੇ ਜਿਹੜੇ ਪਿੰਡ 'ਚ ਸਰਬਸੰਮਤੀ ਹੋਊਗੀ, ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਸੀ 5 ਲੱਖ ਰੁਪਇਆ ਦੇਵਾਂਗੇ, ਪਹਿਲਾਂ ਵੀ ਕਾਂਗਰਸ ਸਰਕਾਰ ਦੇ ਵੱਲੋਂ ਐਲਾਨ ਕੀਤਾ ਗਿਆ ਸੀ। ਸਹੂਲਤਾਂ ਕਿੰਨੀਆਂ ਕੁ ਨੇ ਪਿੰਡ 'ਚ, ਪਹਿਲਾਂ ਅਗਰ ਆਪਾਂ ਸਹੂਲਤਾਂ ਦੀ ਗੱਲ ਕਰੀਏ? ਬਾਈ ਜੀ ਦੇਖੋ, ਇਹ ਐਲਾਨ ਹੀ ਰਹਿ ਜਾਂਦੇ ਨੇ, ਕਿਉਂਕਿ ਪਿਛਲੇ ਟਰਮ 'ਚ ਦੇਖੋ 3 ਟਰਮ ਤਾਂ ਮੇਰੀ ਸੁਰਤ 'ਚ ਹੋ ਗਏ, ਉਹਨਾਂ ਨੂੰ ਵੀ ਨਹੀਂ ਕੋਈ ਮਿਲਿਆ ਹੈਗਾ ਜਿਹੜਾ ਐਲਾਨ ਕਰ ਹੁੰਦਾ। ਮੇਰੀ ਵਾਰੀ ਵੀ ਹੋਇਆ ਸੀ ਪਰ ਸਾਨੂੰ ਨਹੀਂ ਮਿਲਿਆ। ਅਤੇ ਤੁਸੀਂ ਸਹੂਲਤਾਂ ਦੀ ਗੱਲ ਕਹੋ, ਸਾਡੇ ਸਿਰਫ ਇੱਕ ਪ੍ਰਾਇਮਰੀ ਸਕੂਲ ਆ ਉਰੇ 5ਵੀਂ ਤੱਕ, ਅਦਰਵਾਈਜ਼ ਕੋਈ ਸਹੂਲਤ ਨਹੀਂ ਜੀ ਹੋਰ। ਪਾਣੀ ਦੀ ਸਹੂਲਤ ਜਾਂ ਕੋਈ? ਨਾ ਕੋਈ ਡਿਸਪੈਂਸਰੀ ਹੈ, ਨਾ ਕੋਈ ਪਾਣੀ ਵਾਲੀ ਟੈਂਕੀ ਹੈ ਜੀ। ਅਤੇ ਤੁਸੀਂ ਦੇਖ ਸਕਦੇ ਹੋ ਬੱਚਿਆਂ ਦਾ ਗਰਾਊਂਡ ਵੀ ਹੈ, ਗਰਾਊਂਡ ਦੀ ਵੀ ਹਾਲਤ ਨਾਜ਼ੁਕ ਆ। ਹਾਂਜੀ, ਤੁਹਾਡਾ ਕੀ ਨਾਮ ਆ ਵੀਰੇ? ਜਸਵਿੰਦਰ ਸਿੰਘ ਹੈ ਜੀ। ਤੁਹਾਡੀ ਕਿੰਨੀ ਉਮਰ ਹੋ ਗਈ? ਮੇਰੀ 50 ਸਾਲ ਉਮਰ ਹੋ ਗਈ ਜੀ। ਕਿਵੇਂ ਦੇਖਦੇ ਹੋ 50 ਸਾਲ ਉਮਰ ਆ, ਵੋਟਾਂ ਪੈਂਦੀਆਂ ਦੇਖੀਆਂ ਨੇ ਕਦੇ? ਸਿਰਫ ਇੱਕ ਵਾਰ ਪਈਆਂ ਨੇ ਜੀ ਵੋਟਾਂ ਮੇਰੇ, ਉਹਦੇ ਵਿੱਚ ਨਹੀਂ, ਉਦੋਂ ਬਾਅਦ ਸੰਮਤੀ ਉਹ ਹੁੰਦੀ ਰਹੀ ਆ। ਪਹਿਲਾਂ ਵੀ ਸੰਮਤੀ ਹੁੰਦੀ ਸੀ ਅਤੇ ਬਾਅਦ 'ਚ ਵੀ ਸੰਮਤੀ ਹੁੰਦੀ ਰਹੀ, ਇੱਕ ਵਾਰੀ ਸਿਰਫ ਵੋਟਾਂ ਪਈਆਂ ਨੇ ਸਰਪੰਚੀ ਦੀਆਂ। ਕਿਵੇਂ ਦੇਖਦੇ ਹਾਂ, ਕਿਉਂਕਿ ਪੰਚਾਇਤੀ ਚੋਣਾਂ 'ਚ ਤਾਂ ਧੜੇ ਬਣ ਜਾਂਦੇ ਨੇ, ਲੋਕ ਲੜਾਈਆਂ ਕਰਦੇ ਨੇ, ਮੈਂ ਸਰਪੰਚ ਹਾਂ ਮੈਂ ਸਰਪੰਚ ਹਾਂ, 2-2 ਸਾਲ ਲੋਕਾਂ ਦੇ ਬੋਲਬਾਲੇ ਨਹੀਂ ਹੁੰਦੇ ਜਿਹੜੇ ਚੋਣਾਂ ਦੇ ਵਿੱਚ ਲੜਦੇ ਨੇ। ਤੁਹਾਡੇ ਇੰਨਾ ਪ੍ਰੇਮ ਪਿਆਰ ਕਿਵੇਂ ਪਿੰਡ ਦੇ ਵਿੱਚ? ਸਾਡੇ ਪਿੰਡ ਦੇ ਸੂਝਵਾਨ ਸੱਜਣਾਂ ਦੇ ਉਹਦੇ ਕਰਕੇ ਜੀ, ਪਹਿਲਾਂ ਸਾਡੇ ਬਜ਼ੁਰਗ ਸੀ, ਅੱਗੇ ਸੀ, ਉਹ ਸੂਝਵਾਨ ਸੀ, ਲੜਾਈ ਤੋਂ ਥੋੜ੍ਹੇ ਜਿਹੇ ਚੱਲਣ ਕਰਕੇ ਵੀ ਇਹ ਨਿਰੀ ਲੜਾਈ ਦਾ ਘਰ ਹੀ ਹੈ, ਉਹਦੇ ਕਰਕੇ ਇਹ ਸਾਰੇ ਕਹਿੰਦੇ ਨੇ ਵੀ ਸੰਮਤੀ ਹੋਈ ਠੀਕ ਹੈ। ਜੇ ਕੋਈ ਇੱਕ ਜਣਾ ਹੁੰਦਾ ਵੀ ਆ ਖੜਾ ਤਾਂ ਉਹਨੂੰ ਕਹਿ ਸੁਣ ਕੇ ਭਾਈ ਬਿਠਾ ਦਿੰਦੇ ਨੇ, ਭਾਈ ਉਹਨੂੰ ਬਣਾ ਦਿਉ, ਅਗਲੀ ਵਾਰੀ ਤੈਨੂੰ ਬਣਾ ਦਾਂਗੇ। ਇਹ ਸਾਡਾ ਇਹ ਹੋ ਜਾਂਦਾ ਜੀ, 35 ਸਾਲ ਹੋ ਗਏ ਗੁਰਦੁਆਰਾ ਸਾਹਿਬ ਇਕੱਠੇ ਹੋ ਕੇ ਸਰਪੰਚ ਚੁਣ ਲਿਆ ਜਾਂਦਾ, ਅਤੇ ਮੈਂਬਰ ਤਕਰੀਬਨ ਅੱਡੋ ਅੱਡ ਵਾਰਡ 'ਚੋਂ ਚੁਣੇ ਲਏ। ਸਹੂਲਤਾਂ ਤੋਂ ਵਾਂਝਾ ਕਹਿ ਰਹੇ ਨੇ ਤੁਹਾਡਾ ਪਿੰਡ? ਹਾਂਜੀ, ਸਹੂਲਤਾਂ ਸਾਡੇ ਕੋਈ ਨਹੀਂ ਜੀ, ਕੋਈ ਡਿਸਪੈਂਸਰੀ ਨਹੀਂ ਸਾਡੇ, ਕੋਈ ਟੈਂਕੀ ਨਹੀਂ ਜੀ। ਪਾਣੀ ਦਾ ਲਾ ਲਓ ਵੀ ਜਿਹੜਾ 200 ਫੁੱਟ ਵਾਲਾ ਪਾਣੀ ਆ ਉਹ ਖਰਾਬ ਹੋ ਰਿਹਾ ਜੀ, ਅਤੇ ਟੈਂਕੀ ਲੱਗ ਜੇ ਤਾਂ ਬੜੀ ਚੰਗੀ ਗੱਲ ਹੈ। ਤਾਂ ਅੱਜ ਤੱਕ ਸਾਡੇ ਕੋਈ ਟੈਂਕੀ ਨਹੀਂ, ਸਿਰਫ ਇੱਕ ਪ੍ਰਾਇਮਰੀ ਸਕੂਲ ਹੈ ਸਾਡੇ,
ਕੋਈ ਵੀ ਸਹੂਲਤ ਹੈ ਨਹੀਂ। ਆ ਰੋਡ ਦਾ ਵੀ ਹੁਣ ਦੇਖ ਲਓ ਵੀ ਟੁੱਟਿਆ ਪਿਆ ਸਾਰਾ, ਵੀ ਕੋਈ ਐਡੀ ਜ਼ਿਆਦਾ ਸਹੂਲਤ ਨਹੀਂ, ਸਾਡੇ ਵੋਟਾਂ ਘੱਟ ਹੋਣ ਕਰਕੇ ਕੋਈ ਸਹੂਲਤ ਨਹੀਂ ਹੈਗੀ। ਹਾਂ ਬਾਪੂ ਜੀ, ਤੁਹਾਡੀ ਕਿੰਨੀ ਉਮਰ ਹੋ ਗਈ? ਮੇਰੀ 70 ਸਾਲ ਜੀ। ਤਾਂ 70 ਸਾਲ ਦਾ ਅਗਰ ਆਪਾਂ ਗੱਲ ਕਰੀਏ, ਕਿੰਨੀ ਵਾਰ ਵੋਟਾਂ ਪਈਆਂ ਨੇ? ਇੱਕ ਵਾਰੀ ਭਾਈ ਵੋਟ ਪਾਈ ਆ ਮੈਂ। ਇੱਕ ਵਾਰ ਵੋਟ ਪਾਈ ਆ 70 ਸਾਲ 'ਚ ਪੰਚਾਇਤੀ? ਹਾਂਜੀ। ਸਾਡੇ ਵਿਰੋਧੀ ਧਿਰ ਤਾਂ ਹੈ ਨਹੀਂ ਕੋਈ। ਅੱਛਾ। ਕੋਈ ਇਹੋ ਜਿਹਾ ਬੰਦਾ ਨਹੀਂ ਹੈਗਾ ਵੀ ਜਿਹੜਾ ਕੋਈ ਹੰਕਾਰੀ ਬੰਦਾ ਹੋਵੇ ਵੀ ਮੈਂ ਹੋਊਗਾ ਜਾਂ ਇਹ ਹੋਊਗਾ, ਜਿਵੇਂ ਕੋਈ ਸਿਆਣੇ ਬੰਦੇ ਕਰ ਦੇਣਗੇ ਗੁਰਦੁਆਰੇ ਬੈਠ ਕੇ ਸਾਡੇ ਉਸ ਤਰੀਕੇ। ਪ੍ਰੇਮ ਪਿਆਰ ਅਸੀਂ ਦੇਖ ਰਹੇ ਹਾਂ ਵੀ ਸਾਰੇ ਲੋਕ, ਤੁਸੀਂ ਉਰੇ ਬਰੋਟੇ ਥੱਲੇ ਬੈਠੇ ਹੋ, ਆਈ ਲੱਗਦੇ ਨੇ ਰੌਣਕਾਂ ਰੋਜ਼। ਤੁਸੀਂ ਆਏ ਹੋ, ਕੱਲ੍ਹ ਨੂੰ ਹੋਰ ਆਉਣਗੇ, ਉਹਨਾਂ ਨਾਲ ਵੀ ਅਸੀਂ ਇਹੀ ਚੀਜ਼ ਵਰਤਾਂਗੇ, ਇਹੀ ਸਾਡੇ ਬੋਲ ਹੋਣਗੇ। ਕੋਈ ਹੋਰ ਆਊ ਵਿਰੋਧੀ ਧਿਰ, ਉਹਨੂੰ ਵੀ ਇਹੀ ਲੱਗਦਾ ਕਿ ਸਭ ਤੋਂ ਵੱਡਾ ਫਾਇਦਾ ਤਾਂ ਇਹ ਹੈ ਕਿ ਪੰਚਾਇਤੀ ਚੋਣਾਂ 'ਚ ਕਲੇਸ਼ ਬਹੁਤ ਹੋ ਜਾਂਦੇ, ਲੜਾਈਆਂ ਹੁੰਦੀਆਂ ਨੇ, ਹੈ ਨਾ? ਖਰਚੇ ਬਹੁਤ ਹੁੰਦੇ ਨੇ ਜੀ, ਟੁੱਟ ਕੇ ਮਰ ਜਾਂਦੇ ਨੇ ਲੋਕ, ਜ਼ਮੀਨਾਂ ਵੇਚ ਦਿੰਦੇ ਨੇ, ਪਰ ਸਾਡੇ ਇਸ ਤਰ੍ਹਾਂ ਦਾ ਬੰਦਾ ਕੋਈ ਹੈ ਨਹੀਂ। ਮੈਂਬਰ ਹੋ ਬਾਈ ਤੁਸੀਂ? ਹਾਂਜੀ। ਕੀ ਨਾਮ ਆ ਤੁਹਾਡਾ? ਜਗਜੀਵਨ ਸਿੰਘ ਜੀ। ਜਗਜੀਵਨ ਜੀ, ਕਹਿੰਦੇ ਮੈਂਬਰ ਵੀ ਵੋਟਾਂ ਦੇ ਵਿੱਚ ਕਈ ਵਾਰ 5-5, 7-7 ਲੱਖ ਰੁਪਇਆ ਲਾ ਦਿੰਦੇ ਨੇ, ਤੁਸੀਂ ਕਿੰਨੇ ਪੈਸੇ ਖਰਚੇ ਸੀ? ਨਹੀਂ ਜੀ, ਸਾਡਾ 1 ਰੁਪਇਆ ਨਹੀਂ ਲੱਗਿਆ ਹੈਗਾ। ਵਾਰਡ ਨੇ ਜਿਵੇਂ ਆਪਣੇ ਵਾਰਡ 'ਚੋਂ ਸੰਮਤੀ ਨਾਲ ਆਪਾਂ ਨੇ ਚੁਣਿਆ, ਸਾਰੇ ਮੈਂਬਰ ਹੀ ਐਂ ਚੁਣੇ ਗਏ ਨੇ, ਸਰਪੰਚ ਮੈਂਬਰ ਸਾਰੇ ਐਵੇਂ ਸੰਮਤੀ ਨਾਲ ਚੁਣੇ ਗਏ ਨੇ। ਇੱਕ ਹੋਰ ਚੀਜ਼ ਦੇਖ ਰਹੇ ਹਾਂ, ਉੱਧਰ ਸਰਪੰਚ ਨੇ ਜਗਜੀਤ, ਤੁਸੀਂ ਹੋ ਗਏ ਮੈਂਬਰ, ਸਾਰੇ ਨੌਜਵਾਨ ਮੁੰਡੇ ਚੁਣੇ ਨੇ, ਹੈ ਨਾ? ਛੋਟੀ ਛੋਟੀ ਉਮਰ ਦੇ ਸਾਰੀ ਨੌਜਵਾਨ ਮੁੰਡੇ ਹਾਂ ਅਸੀਂ ਆਪਣੇ ਇਸ ਪੰਚਾਇਤ 'ਚ, ਅਤੇ ਚਲੋ ਕੰਮ ਵੀ ਚਲੋ ਆਹ 2.5-2 ਸਾਲ ਹੋ ਗਏ, ਥੋੜ੍ਹਾ ਜਿਹਾ ਭਗਵੰਤ ਮਾਨ ਥੋੜ੍ਹਾ ਜਿਹਾ ਚਲੋ ਸਾਨੂੰ ਗਰਾਂਟ ਗਰੂੰਟ ਆਈ ਨਹੀਂ ਹੈਗੀ, ਚਲੋ ਪਹਿਲਾਂ ਵੀ ਕੰਮ ਵਧੀਆ ਚਲੋ ਹੋਏ ਨੇ ਸਿੰਗਲਾ ਸਾਹਿਬ ਦੇ, ਉਹਨਾਂ ਨੇ ਤਾਂ ਗਰਾਂਟਾਂ ਗਰੂੰਟਾਂ ਦਿੱਤੀਆਂ ਸੀ, ਪਰ ਐਂ ਵੀ ਸਹੂਲਤ ਨਹੀਂ ਹੈਗੀ ਸਾਡੇ ਪਿੰਡ ਨੂੰ ਕੋਈ, ਜਿਵੇਂ ਗਰਾਂਟ ਬਹੁਤ ਘੱਟ ਆਈ ਹੈ, ਜਿਵੇਂ ਸੰਮਤੀ ਦਾ ਵੀ ਕੋਈ ਪੈਸਾ ਮਿਲਿਆ ਹੈਗਾ। ਹੁਣ ਮੁੱਖ ਮੰਤਰੀ ਨੇ ਐਲਾਨ ਕਰਿਆ, ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਪਹਿਲੀ ਵਾਰ ਵੋਟਾਂ ਹੋਣ ਜਾ ਰਹੀਆਂ ਨੇ, ਕਹਿੰਦੇ 5 ਲੱਖ ਰੁਪਇਆ ਦੇਵਾਂਗੇ ਸਰਬਸੰਮਤੀ, ਇਸ ਵਾਰ ਵੀ ਹੋਊਗੀ? ਸੰਮਤੀ ਤਾਂ ਹੋਊਗੀ ਜੀ, ਪਰ ਪੈਸਾ ਹੁਣ ਪਹਿਲਾਂ ਕਿਹੜਾ ਸਾਨੂੰ ਆਇਆ 5 ਲੱਖ ਰੁਪਇਆ, ਹੁਣ ਵੀ ਨਹੀਂ, ਸ਼ਾਇਦ ਦੇਖੋ ਹੁਣ ਦਿੰਦੇ ਨੇ ਅਤੇ ਨਹੀਂ ਦਿੰਦੇ। ਉਮੀਦ ਆਏ ਤੁਸੀਂ ਮੰਨੋਗੇ? ਹੈ ਹਾਂ ਜੀ ਹਾਂ, ਮੈਨੂੰ ਤਾਂ ਨਹੀਂ ਲੱਗਦਾ, ਜਿੱਥੇ ਅਗਰ ਪਹਿਲਾਂ ਨਹੀਂ ਦਿੱਤਾ ਸਾਨੂੰ ਪਿਛਲਾ ਹੀ ਦੇ ਦੇਣਾ, ਚਲੋ ਅਗਲੇ ਦੇ ਫਿਰ ਉਮੀਦ ਰੱਖਾਂਗੇ। ਤੁਹਾਡਾ ਕੀ ਨਾਮ ਆ? ਮੇਰਾ ਨਾਮ ਬਚਿੱਤਰ ਸਿੰਘ ਹੈ ਜੀ। ਬਚਿੱਤਰ, ਕਿਹੜੀ ਸਹੂਲਤਾਂ ਲੱਗਦੀਆਂ ਨੇ ਵੀ ਤੁਹਾਡੇ ਪਿੰਡ ਨੂੰ ਜ਼ਰੂਰਤ ਆ ਇਹ ਚੀਜ਼ਾਂ ਦੀ? ਸਕੂਲ ਜਿਵੇਂ ਬਾਈ ਦੱਸ ਰਹੇ ਨੇ, ਕਹਿੰਦੇ ਸਰ 5ਵੀਂ ਤੱਕ ਦਾ ਸਕੂਲ ਆ ਪਿੰਡ ਦੇ ਵਿੱਚ। ਸਕੂਲ ਇਕੱਲੀ ਇੱਕ ਹੀ ਸਹੂਲਤ ਹੈ ਜੀ ਸਾਡੇ ਸਕੂਲ ਦੀ, ਨਾ ਕੋਈ ਪਾਣੀ ਦੀ ਸਹੂਲਤ ਹੈ, ਨਾ ਕੋਈ ਖੇਡਣ ਦੀ ਸਹੂਲਤ ਹੈ, ਨਾ ਇੱਕ ਜਿੰਮ ਹੈ ਬਸ, ਅਤੇ ਨਾ ਕੋਈ ਪਾਰਕ ਦੀ ਸਹੂਲਤ ਹੈ ਬੱਚਿਆਂ ਦੀ, ਜਿੱਥੇ ਬੱਚੇ ਆ ਕੇ ਸ਼ਾਮ ਨੂੰ। ਕਿੰਨੀ ਵੋਟ ਆ ਪਿੰਡ ਦੀ? ਵੋਟ 380 ਦੇ ਕਰੀਬ ਹੈ, 400 ਦੇ ਲਗਭਗ ਹੈ। ਹਾਂਜੀ ਹਾਂਜੀ, 400 ਲੋਕਾਂ ਦੇ ਲਈ ਸਹੂਲਤਾਂ ਤੋਂ ਪਿੰਡ ਬਾਂਝਾ ਹੈਗਾ। ਹਾਂਜੀ, ਕੋਈ ਸੜਕ ਦੀ ਸਹੂਲਤ ਨਹੀਂ, 3-4 ਸਾਲ ਹੋ ਗਏ, ਸੜਕ ਬਹੁਤ ਖਰਾਬ ਹੈ, ਪਾਣੀ ਖੜ੍ਹ ਜਾਂਦਾ। ਇਹ ਚੀਜ਼ਾਂ ਨੂੰ ਵੇਖਦੇ ਹੋਏ ਪਿੰਡ ਥੋੜ੍ਹਾ ਜਿਹਾ ਬੈਕਵਰਡ 'ਚ ਆ ਜਾਂਦਾ ਜ਼ਿਲ੍ਹੇ 'ਚੋਂ। ਹਾਂਜੀ, ਸਹੂਲਤ ਬਿਲਕੁਲ। ਇੱਧਰ ਨੌਜਵਾਨ ਬੈਠੇ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਉਮਰ ਕਾਫੀ ਹੁੰਦੀ ਆ, ਤਾਂ ਕਿਵੇਂ ਦੇਖਦੇ ਹੋ, ਤੁਹਾਡੀ ਕਿੰਨੀ ਉਮਰ ਹੋ ਗਈ ਵੀਰ? ਮੇਰੀ 45 ਹੈ ਜੀ। 45 ਸਾਲ ਦੀ ਉਮਰ ਹੋ ਗਈ, ਵੋਟਾਂ ਤਾਂ ਤੁਸੀਂ ਪੈਂਦੀਆਂ, ਬਾਪੂ ਕਹਿੰਦੇ ਵੀ 50 ਸਾਲ 'ਚ ਇੱਕ ਵਾਰੀ ਵੋਟਾਂ ਪਈਆਂ ਨੇ। ਹਾਂ, 1 ਵਾਰੀ ਪਈਆਂ ਨੇ ਜੀ। ਤਾਂ ਜਦੋਂ ਪੰਚਾਇਤੀ ਚੋਣਾਂ ਦੇ ਅਖਾੜੇ ਭਖਦੇ ਨੇ ਗੁਆਂਢੀ ਪਿੰਡਾਂ 'ਚ, ਦੇਖਦੇ ਹੋ ਵੀ ਉੱਥੇ ਆਹ ਚੀਜ਼ ਦੇ ਰਹੇ ਨੇ, ਸ਼ਰਾਬ ਦੀਆਂ ਬੋਤਲਾਂ ਵੰਡਦੇ ਨੇ, ਕਿਤੇ ਮਠਿਆਈਆਂ ਦੇ ਡੱਬੇ ਵੰਡਦੇ ਨੇ, ਤਾਂ ਤੁਹਾਡੇ ਪਿੰਡ 'ਚ ਤਾਂ ਫਿਰ ਉਹ ਸਹੂਲਤਾਂ ਮਿਲਦੀਆਂ ਨਹੀਂ ਹੋਣੀਆਂ ਤੁਹਾਨੂੰ? ਨਹੀਂ, ਸਾਡੇ ਨਹੀਂ ਮਿਲਦੀਆਂ, ਗੱਫੇ ਤਾਂ ਬੜੇ ਵੰਡਦੇ ਨੇ ਜੀ। ਹਾਂਜੀ ਹਾਂ, ਸਾਡੇ ਪਿੰਡ ਨਹੀਂ ਹੈ ਜੀ। ਤਾਂ ਖਰਚੇ ਬੰਦ? ਸਾਰੇ ਖਰਚੇ ਬੰਦ ਜੀ। ਹੁਣ ਕਿਹੜੀ ਚੀਜ਼ ਲੱਗਦੀ ਹੈ ਵੀ ਹਾਂ ਇਹ ਚੀਜ਼ ਹੋਣੀ ਚਾਹੀਦੀ ਹੈ, ਸਹੂਲਤ ਮਿਲਣੀ ਚਾਹੀਦੀ ਹੈ ਤੁਹਾਨੂੰ? ਸਹੂਲਤਾਂ ਜਿਵੇਂ ਆ ਆਪਣਾ ਡਿਸਪੈਂਸਰੀ ਵਗੈਰਾ ਹੋ ਗਈ, ਅਤੇ ਡੰਗਰਾਂ ਦਾ ਹਸਪਤਾਲ ਹੋ ਗਿਆ, ਜਿਵੇਂ ਇਹਨਾਂ ਨੇ ਆਖਿਆ ਸੀ ਕਲੀਨਿੰਗ, ਆਪਣਾ ਭਗਵੰਤ ਮਾਨ ਜੀ ਨੇ ਮਹੱਲਾ ਕਲੀਨਿੰਗ, ਸਾਡੇ ਤਾਂ ਉਹ ਵੀ ਨਹੀਂ ਆਇਆ ਹੈਗਾ। ਠੀਕ ਹੈ। ਹਾਂਜੀ, ਅਤੇ ਆਪਣਾ ਟੈਂਕੀ ਦੀ ਸਾਨੂੰ ਇੱਕ ਬਹੁਤ ਲੋੜ ਹੈ,
ਟੈਂਕੀ ਪਾਣੀ ਵਾਲੀ ਹੈਨੀ ਗੀ। ਇਸ ਵਾਰ ਸਰਬਸੰਮਤੀ ਹੋਊਗੀ ਤੁਹਾਡੇ? ਹਾਂਜੀ ਹਾਂ, ਸੰਮਤੀ ਹੋਊਗੀ ਗੁਰਦੁਆਰਾ ਸਾਹਿਬ 'ਚ ਜਿਵੇਂ ਦੱਸ ਰਹੇ। ਹਾਂਜੀ ਹਾਂਜੀ ਇਸੇ ਤਰ੍ਹਾਂ ਹੀ ਜੀ। ਤਾਂ ਜ਼ਿਲ੍ਹਾ ਸੰਗਰੂਰ ਦਾ ਪਿੰਡ ਤੁਰੀ ਆ ਜਿੱਥੇ ਕਿ ਹਰ ਸਾਲ ਸਰਬਸੰਮਤੀ ਦੇ ਨਾਲ ਜਿਹੜੀਆਂ ਨੇ ਚੋਣਾਂ ਹੁੰਦੀਆਂ ਨੇ, ਜਦੋਂ ਸਾਰੇ ਪਿੰਡਾਂ ਦੇ ਵਿੱਚ ਮਾਹੌਲ ਭਖਦੇ ਨੇ, ਪੰਚ ਸਰਪੰਚ ਲੋਕਾਂ ਦੇ ਘਰਾਂ ਦੇ ਵਿੱਚ ਚੱਕਰ ਲਾਉਂਦੇ ਨੇ, ਕਿਤੇ ਨਾ ਕਿਤੇ ਲਾਲਚ ਦਿੱਤੇ ਜਾਂਦੇ ਨੇ, ਲੜਾਈਆਂ ਹੁੰਦੀਆਂ ਨੇ, ਤਾਂ ਉਸ ਵਕਤ ਇਸ ਤੁਰੀ ਪਿੰਡ ਦੇ ਵਿੱਚ ਸਾਰੇ ਪਿੰਡ ਦੇ ਮੋਹਤਵਰ ਬੰਦੇ ਪਿੰਡ ਦੇ ਗੁਰਦੁਆਰਾ ਸਾਹਿਬ 'ਚ ਜਾਂਦੇ ਨੇ। ਉੱਥੇ ਜੋ ਸਰਬਸੰਮਤੀ ਹੁੰਦੀ ਆ, ਕਿਸੇ ਨੂੰ ਸਰਪੰਚ ਚੁਣਦੇ ਨੇ, ਉਹਦੇ ਗੱਲ ਦੇ ਵਿੱਚ ਹਾਰ ਪਾ ਦਿੱਤਾ ਜਾਂਦਾ, ਪੰਚਾਂ ਦੇ ਗੱਲ ਦੇ ਵਿੱਚ ਹਾਰ ਪਾ ਦਿੱਤਾ ਜਾਂਦਾ, ਪਰ ਕਿਤੇ ਨਾ ਕਿਤੇ ਪਿੰਡ ਦੇ ਲੋਕ ਸਹੂਲਤਾਂ ਤੋਂ ਵੱਡੇ ਪੱਧਰ ਦੇ ਉੱਪਰ ਵਾਂਝੇ ਨੇ। ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਐਲਾਨ ਕੀਤਾ ਕਿ ਜਿਹੜਾ ਇਸ ਵਾਰ ਪਿੰਡ ਸਰਬਸੰਮਤੀ ਕਰਕੇ ਜਿਹੜੀ ਆ ਪੰਚਾਇਤੀ ਚੋਣਾਂ ਕਰੂਗਾ, ਚੋਣਾਂ ਨਹੀਂ ਹੋਣਗੀਆਂ, ਉੱਥੇ 5 ਲੱਖ ਰੁਪਏ ਦੀ ਗ੍ਰਾਂਟ ਮਿਲੇਗੀ। ਤਾਂ ਪਿੰਡ ਦੇ ਲੋਕਾਂ ਨੂੰ ਉਮੀਦ ਜ਼ਰੂਰ ਆ ਕਿ ਸਾਡੇ ਪਿੰਡ ਦੇ ਵੀ ਜਿਹੜੇ ਨੇ ਹਾਲਾਤ ਉਹ ਇਸ ਵਾਰ ਸੁਧਰਨਗੇ। ਚਰਨਜੀਤ ਕੌਸ਼ਲ, ਸੰਗਰੂਰ ਤੋਂ, ਨਿਊਜ਼ 18 ਪੰਜਾਬ।